ਸਰਜਰੀਏ ਕਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜ ਦੀ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਜੇ ਕਿਉਂਕਿ 90 ਤੋਂ 95% ਜ਼ਿਮੀਂਦਾਰਾਂ ਦਾ ਟਾਰਗੇਟ ਜਰੂਰ ਹੁੰਦਾ ਹੈ ਪਹਿਲੇ ਨੰਬਰ ਤੇ ਝੋਨੇ ਦੀ ਫੋਟ ਕਰਵਾਉਣ ਦੇ ਪਿੱਛੇ ਆਪਾਂ ਭੱਜਦੇ ਆਂ ਤੇ ਦੂਸਰੇ ਨੰਬਰ ਤੇ ਉਹਨਾਂ ਦਾਣਿਆਂ ਦੀ ਕੁਆਲਿਟੀ ਨੂੰ ਵਧਾਉਣ ਦੇ ਲਈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਝੋਨਾ ਨਸਾਰੇ ਵੱਲ ਨੂੰ ਜਿਹੜਾ ਵਧਣਾ ਸ਼ੁਰੂ ਹੋਇਆ ਹੈ ਤਾਂ ਆਪਣੇ ਸਾਰਿਆਂ ਦੇ ਮਨ ਦੇ ਵਿੱਚ ਜਿਹੜੀ ਚੀਜ਼ ਜਰੂਰ ਹੁੰਦੀ ਹੈ ਕਿ ਦਾਣਿਆਂ ਦੀ ਕੁਆਲਿਟੀ ਵਧੀਆ ਕਰਨ ਦੇ ਲਈ ਦਾਣੇ ਚਮਕਾਉਣ ਦੇ ਲਈ ਕਿਹੜੀ ਸਪਰੇਅ ਕੀਤੀ ਜਾਵੇ ਜਿਹਦੇ ਨਾਲ ਦਾਣਿਆਂ ਦੀ ਕੁਆਲਿਟੀ ਜਿਹੜੀ ਆ ਸਾਨੂੰ ਵਧੀਆ ਸੋਹਣੀ ਦੇਖਣ ਨੂੰ ਮਿਲੇ। ਸੋ ਅੱਜ ਇਸ ਵੀਡੀਓ ਦੇ ਵਿੱਚ ਇਸੇ ਚੀਜ਼ ਨੂੰ ਲੈ ਕੇ ਆਪਾਂ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦਾਣਿਆਂ ਦੀ ਕੁਆਲਿਟੀ ਦੇ ਪਿੱਛੇ ਕਿਹੜੀਆਂ ਚੀਜ਼ਾਂ ਕੰਮ ਕਰਦੀਆਂ ਨੇ, ਕਿਹੜੀਆਂ ਸਪਰੇਆਂ ਦੀ ਆਪਾਂ ਨੂੰ ਵਰਤੋਂ ਕਰਨੀ ਚਾਹੀਦੀ ਹੈ, ਕਦੋਂ ਵਰਤੋਂ ਕਰਨੀ ਚਾਹੀਦੀ ਹੈ, ਕੁਝ ਸਾਵਧਾਨੀਆਂ ਜਿਨ੍ਹਾਂ ਦੇ ਉੱਤੇ ਆਪਾਂ ਨੂੰ ਲਾਜ਼ਮੀ ਜਿਹੜਾ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਬਿਲਕੁਲ ਬਰੀਕੀ ਦੇ ਨਾਲ ਜਾਣਨ ਦੀ ਜਿਹੜੀ ਇਹ ਆਪਾਂ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਜਿਹੜੇ ਕੁਝ ਨਵੇਂ ਫਾਰਮਰ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਜਿਹੜਾ ਇੱਕ ਬੈਲ ਦਾ ਬਟਨ ਆ ਉਹਨੂੰ ਵੀ ਦਬਾ ਦਿਓ ਤਾਂ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਦੇ নোਟੀਫਿਕੇਸ਼ਨ ਜੜਿਆ ਉਹ ਤੁਹਾਡੇ ਤੱਕ ਪਹੁੰਚਦੇ ਰਹਿਣਾ ਝੋਨਾ ਜਦੋਂ ਹੀ ਨਿਸਰਨਾ ਸ਼ੁਰੂ ਹੁੰਦਾ ਹੈ ਤਾਂ ਉਦੋਂ ਬਹੁਤ ਜ਼ਿਆਦਾ ਜੱਟ ਜਿਹੜੇ ਨੇ ਜ਼ਿਮੀਦਾਰ ਦੁਕਾਨਾਂ ਵਾਲ ਨੂੰ ਆਪਾਂ ਭਜਨਾ ਸ਼ੁਰੂ ਕਰਦੇ ਆ ਤੇ ਜਾ ਕੇ ਇਹ ਜਿਹੜੀ ਚੀਜ਼ ਕਹਿੰਦੇ ਆਗੇ ਸਾਨੂੰ ਉਹ ਸਪਰੇਅ ਦਿਓ ਜਿਹਦੇ ਨਾਲ ਦਾਣਿਆਂ ਦੀ ਕੁਆਲਿਟੀ ਜਿਹੜੀ ਆ ਵਧੀਆ ਹੋਵੇ ਦਾਣੇ ਸਾਫ਼ ਹੋਣ ਅਸਲ ਦੇ ਵਿੱਚ ਜ਼ਿੰਮੇਦਾਰ ਬਹੁਤੇ ਜਿਹੜੇ ਨੇ ਖੁਦ ਨਹੀਂ ਜਾਣਦੇ ਕਿ ਦਾਣਿਆਂ ਦੀ ਕੁਆਲਿਟੀ ਨੂੰ ਚੰਗਾ ਕਰਨ ਦੇ ਲਈ ਵਧੀਆ ਉਹਨਾਂ ਦੀ ਇੰਪਰੂਵਮੈਂਟ ਦੇ ਲਈ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੁੰਦੀ ਏ ਜਿਨ੍ਹਾਂ ਨੂੰ ਲੈ ਕੇ ਅਕਸਰ ਪੋਲਿਆਂ ਜੱਟਾਂ ਨੂੰ ਲੁੱਟ ਲਿਆ ਜਾਂਦਾ ਹੈ ਦਾਣਿਆਂ ਦੀ ਚੰਗੀ ਕੁਆਲਿਟੀ ਦੇ ਲਈ ਅਕਸਰ ਮੁੱਖ ਜੜੀਆਂ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਪਹਿਲੇ ਨੰਬਰ ਤੇ ਮੌਸਮ ਜੇਕਰ ਝੋਨੇ ਦੇ ਨਿਸਾਰੇ ਸਮੇਂ ਮੌਸਮ ਜ਼ਿਆਦਾ ਵਿਗੜ ਗਿਆ ਤਾਂ ਤੁਹਾਡੇ ਦਾਣਿਆਂ ਦੀ ਕੁਆਲਿਟੀ ਨਹੀਂ ਬਣ ਸਕਦੀ ਜਿੰਨੇ ਮਰਜ਼ੀ ਤਗੜੇ ਆਪਾਂ ਉਲੀਨਾਸ਼ ਕਰ ਲਈਏ ਜੇਕਰ ਫਲਾਵਰਿੰਗ ਟਾਈਮ ਜਾਂ ਫਲਾਵਰਿੰਗ ਤੋਂ ਬਾਅਦ ਦੇ ਵਿੱਚ ਜਿਆਦਾ ਝੱਖੜ ਮੀਂਹ ਚੱਲਦਾ ਹੈ ਤਾਂ ਉਹਦੇ ਨਾਲ ਜਿਹੜੇ ਦਾਣੇ ਦਾਗੀ ਹੁੰਦੇ ਨੇ ਉਹ ਕਿਸੇ ਵੀ ਹਲੀ ਨਾਸ਼ਕ ਦੇ ਕੋਲੋਂ ਰੋਕੇ ਨਹੀਂ ਜਾਂਦੇ ਇਹਦੇ ਤੋਂ ਬਾਅਦ ਦੇ ਵਿੱਚ ਆਪਣੀ ਸਾਮ ਸੰਭਾਲ ਝੋਨਾ ਲੱਗਣ ਤੋਂ ਲੈ ਕੇ ਇਹ ਜਿਹੜੀ ਚੀਜ਼ ਤੈਹ ਹੋ ਜਾਂਦੀ ਹੈ ਕਿ ਤੁਹਾਡੇ ਦਾਣਿਆਂ ਦੀ ਕੁਆਲਿਟੀ ਕਿਵੇਂ ਦੀ ਹੋਵੇਗੀ ਬਿਲਕੁਲ ਜਦੋਂ ਝੋਨੇ ਦੇ ਵਿੱਚ 30 35 40 ਦਿਨਾਂ ਤੇ ਜੇ ਕੋਈ ਥੋੜਾ ਬਹੁਤ ਵੀ ਸੀਥ ਬਲਾਈਟ ਦਾ ਹਮਲਾ ਆਉਂਦਾ ਹੈ ਤਾਂ ਦਾਣਿਆਂ ਦੇ ਉੱਤੇ ਉਹਦਾ ਵੀ ਅਸਰ ਪੈਂਦਾ ਹੈ ਬਿਲਕੁਲ ਕੋਈ ਵੀ ਉੱਲੀ ਜੇ ਆਪਣੇ ਝੋਨੇ ਦੇ ਵਿੱਚ ਪੈਰ ਰੱਖਦੀ ਏ ਕਿਸੇ ਵੀ ਸਟੇਜ ਦੇ ਉੱਪਰ ਤਾਂ ਉਹਦਾ ਦਾਣਿਆਂ ਦੇ ਉੱਪਰ ਹਮੇਸ਼ਾ ਜਿਹੜਾ ਪ੍ਰਭਾਵ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਜਿਹੜਾ ਉੱਲੀ ਨਾਸ਼ਕ ਆਪਾਂ ਝੋਨੇ ਦੇ ਉੱਪਰ ਕਰਦੇ ਆ ਉਹ ਦਾਣਿਆਂ ਦੀ ਕੁਆਲਿਟੀ ਨੂੰ ਵਧਾਉਂਦਾ ਨਹੀਂਗਾ ਦਾਣਿਆਂ ਦੀ ਕੁਆਲਿਟੀ ਨੂੰ ਡਿੱਗਣੋਂ ਬਚਾਉਂਦਾ ਹੈ ਘਟਣੋਂ ਬਚਾਉਂਦਾ ਹੈ ਪਰ ਅਕਸਰ ਇਹਨੂੰ ਆਪਾਂ ਉਲਟਾ ਸਮਝਦੇ ਰਹਿੰਨੇ ਆਗੇ ਜਿਹੜੀ ਸਪਰੇਅ ਆ ਇਹਦੇ ਨਾਲ ਸਾਡੇ ਦਾਣੇ ਜ਼ਿਆਦਾ ਚਮਕਦਾਰ ਹੋਣਗੇ ਕੱਲੇ ਉਲੀ ਨਾਸ਼ਕ ਦਾ ਵੀ ਯੋਗਦਾਨ ਨਹੀਂ ਹੁੰਦਾ ਜੇ ਤੁਸੀਂ ਝੋਨੇ ਦੇ ਵਿੱਚ ਪੋਟਾਸ਼ ਨਹੀਂ ਪਾਈ ਉਹਦਾ ਵੀ ਪ੍ਰਭਾਵ ਪੈਂਦਾ ਹੈ ਉਹਦੇ ਕਾਰਨ ਵੀ ਤੁਹਾਡੇ ਦਾਣੇ ਜਿਹੜੇ ਆ ਦਾਗੀ ਹੁੰਦੇ ਨੇ ਜੇਕਰ ਤੁਸੀਂ ਨਿਸਰੇ ਝੋਨੇ ਦੇ ਵਿੱਚ ਸਪਰੇਅ ਕਰਨ ਦੇ ਲਈ ਜਾਂਦੇ ਹੋ ਕੋਈ ਵੀ ਸਪਰੇਅ ਤੁਸੀਂ ਝੋਨਾ ਨਿਸਰਨ ਤੋਂ ਬਾਅਦ ਦੇ ਵਿੱਚ ਕਰਦੇ ਹੋ ਉਹਦੇ ਨਾਲ ਤੁਹਾਡੇ ਦਾਣੇ 100% ਦਾਗੀ ਹੋ ਸਕਦੇ ਨੇ ਤੇ ਕੋਈ ਸਪਰੇ ਵੀ ਉਹਨਾਂ ਦਾਣਿਆਂ ਨੂੰ ਦਾਗੀ ਹੋਣ ਤੋਂ ਨਹੀਂ ਰੋਕ ਸਕਦੀ ਜੇਕਰ ਆਪਾਂ ਇਹ ਗੱਲ ਕਰਦੇ ਆ ਕਿਹੜੇ ਕਿਹੜੇ ਉਲੀ ਨਾਸ਼ਕ ਆਪਾਂ ਨੂੰ ਕਰਨੇ ਚਾਹੀਦੇ ਨੇ ਜਾਂ ਹੋਰ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਪਰੂਵਮੈਂਟ ਦੇ ਲਈ ਜੋਲ ਪਲੱਸ ਸਟ੍ਰੋਬਿਨ ਗਰੁੱਪ ਦੇ ਜਿਹੜੇ ਟੈਕਨੀਕਲ ਨੇ ਜਿਵੇਂ ਪ੍ਰੋਪੀਕੋਨਾਜ਼ੋਲ ਜਾਂ ਹੈਕਜ਼ਾਗੋਨਾਜ਼ੋਲ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਜਾਂ ਫਿਰ ਜਿਹੜੇ ਸਟ੍ਰੋਬਿਨ ਗਰੁੱਪ ਦੇ ਹੈਗੇ ਨੇ ਟੈਕਨੀਕਲ ਟ੍ਰਾਈਫਲੋਕਸੀ ਸਟ੍ਰੋਬਿਨ ਅਜੌਕਸੀ ਸਟ੍ਰੋਬਿਨ ਇਹਨਾਂ ਦੀ ਵਰਤੋਂ ਆਪਾਂ ਕਰ ਸਕਦੇ ਆ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਉਲੀ ਨਾਸ਼ਕ ਇਹਨਾਂ ਨੂੰ ਮਿਕਸ ਕਰਕੇ ਟੈਕਨੀਕਲਾਂ ਨੂੰ ਦੋਨੋਂ ਮਿਲ ਜਾਣਗੇ ਤੁਸੀਂ ਲੈ ਕੇ ਸਪਰੇਅ ਕਰ ਸਕਦੇ ਹੋ ਤੇ ਨਾਲ ਦੀ ਨਾਲ ਐਨ ਪੀ ਕੇ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਏ ਦਾਣਿਆਂ ਨੂੰ ਦਾਗ ਹੀ ਹੋਣ ਤੋਂ ਬਚਾਉਂਦਾ ਏ ਜੇ ਤੁਸੀਂ ਐਨ ਪੀ ਕੇ ਦੀ ਵਰਤੋਂ ਕਰਦੇ ਹੋ ਜੇਕਰ ਤੁਸੀਂ ਚੋਨੇ ਦੇ ਵਿੱਚ ਪोटाश ਦੀ ਵਰਤੋਂ ਨਹੀਂ ਕੀਤੀ ਤਾਂ ਕਿਸੇ ਵੀ ਬਿਮਾਰੀ ਨੂੰ ਆਪਾਂ ਝੋਨੇ ਦੇ ਵਿੱਚ ਦਾਖਲ ਨਹੀਂ ਹੋਣ ਦੇਣਾ ਜੇ ਕੋਈ ਦਾਖਲ ਹੋ ਗਈ ਹੈ ਬਿਮਾਰੀ ਤਾਂ ਜਲਦੀ ਤੋਂ ਜਲਦੀ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਹੈ ਇਸੇ ਕਰਕੇ ਕਈ ਜ਼ਿੰਮੇਵਾਰਾਂ ਨੂੰ ਦੋ ਲੀਨਾਸ਼ ਕਰਨੇ ਪੈਂਦੇ ਨੇ ਤੇ ਕਈਆਂ ਦਾ ਇੱਕੇ ਦੇ ਨਾਲ ਹੀ ਸਰ ਜਾਂਦਾ ਉਲੀ ਨਾਸ਼ਕ ਸਪਰੇਅ ਕਰਨ ਦਾ ਬਿਲਕੁਲ ਸਹੀ ਸਮਾਂ ਜੇ ਆਪਾਂ ਕਹਿੰਦੇ ਹਾਂ ਜਦੋਂ ਨਾਲੀਆਂ ਜਿਹੜੀਆਂ ਤੁਹਾਡੇ ਝੋਨੇ ਦੀਆਂ ਫੁੱਲੀਆਂ ਹੋਣ ਬਹੁਤ ਵਧੀਆ ਟਾਈਮ ਹੈ ਸਪਰੇਅ ਕਰਦੇ ਹੋ ਇਹਦੇ ਨਾਲ ਐਨਪੀਕੇ ਸਪਰੇਅ ਕਰਨ ਦਾ ਵੀ ਪਰਫੈਕਟ ਟਾਈਮ ਜਿਹੜਾ ਇਹ ਮੰਨਿਆ ਜਾਂਦਾ ਤੁਸੀਂ ਲਾਜ਼ਮੀ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਤੇ ਜਿਹੜੀਆਂ ਸਾਵਧਾਨੀਆਂ ਤੁਹਾਨੂੰ ਦੱਸੀਆਂ ਨੇ ਕਿਰਪਾ ਕਰਕੇ ਉਹਨਾਂ ਦੇ ਉੱਤੇ ਤੁਸੀਂ ਜ਼ਰੂਰ ਧਿਆਨ ਦੇਣਾ ਜੇਕਰ ਇਹਨਾਂ ਗੱਲਾਂ ਨੂੰ ਆਪਾਂ ਪੋਲੋ ਦਿਆਂ ਤਾਂ ਫਿਰ ਬਾਜ਼ਾਰ ਦੇ ਵਿੱਚ ਕੋਈ ਵੀ ਸਪਰੇਅ ਨਹੀਂ ਆਉਂਦੀ ਜਿਹੜੀ ਆਪਣੇ ਦਾਣਿਆਂ ਨੂੰ ਚਮਕਾ ਦੇਵੇ ਸੋ ਇਸ ਵੀਡੀਓ ਦੇ ਵਿੱਚ ਇਹੀ ਕੋਈ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਜੇ ਲੱਗੇ ਤਾਂ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ